24 ਘੰਟਿਆਂ ਦੇ ਅੰਦਰ 10 ਮਿਲੀਅਨ ਤੋਂ ਵੱਧ ਲੋਕਾਂ ਦਾ ਦਿਲ ਜਿੱਤਣ ਵਾਲਾ ਸਿੱਧੂ ਮੂਸੇਵਾਲਾ, ਬ੍ਰੈਟ ਏਸ਼ੀਆ ਟੀਵੀ 뮤직 ਅਵਾਰਡ ਜਿੱਤਣ ਵਾਲਾ ਸਿੱਧੂ ਮੂਸੇਵਾਲਾ, ਆਪਣੇ ਗਾਣਿਆਂ ਨੂੰ ਬੈਸਟ ਟਰੈਕ ਆਫ ਦ ਈਅਰ ਦਾ ਟਾਈਟਲ ਦਿਵਾਉਣ ਵਾਲਾ ਸਿੱਧੂ ਮੂਸੇਵਾਲਾ, Spotify ਤੇ ਪਪੂਲਰ ਸਿੰਗਰਸ ਦੇ ਵਿੱਚ ਸ਼ਾਮਿਲ ਰਹਿਣ ਵਾਲਾ ਸਿੱਧੂ ਮੂਸੇਵਾਲਾ, ਕੈਨੇਡੀਅਨ ਹੌਟ ਬਿਲਬੋਰਡ ਤੇ ਰਹਿਣ ਵਾਲਾ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮ ਜਿਸਨੇ ਆਪਣੇ ਗੀਤਾਂ ਦੇ ਰਾਹੀਂ ਆਪਣਾ ਨਾਮ ਨਾ ਸਿਰਫ ਪੰਜਾਬ ਦੇ ਵਿੱਚ ਹਿੱਟ ਕੀਤਾ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਨਾਮ ਦੇ ਡੰਕੇ ਵੱਜੇ ਪਏ ਨੇ। ਪਰ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੇ ਜਨਮ ਦਿਨ ਵਾਲੇ ਦਿਨ 11 ਜੂਨ ਤੋਂ ਕਰੀਬ 11 ਦਿਨ ਪਹਿਲਾਂ ਯਾਨੀ ਕਿ 29 ਮਈ 2022 ਨੂੰ ਪਿੰਡ ਜਵਾਹਰਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ। ਇਸ ਕਤਲ ਨੇ ਨਾ ਸਿਰਫ ਪੰਜਾਬੀ 뮤직 ਇੰਡਸਟਰੀ ਨੂੰ ਹਲਾਇਆ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਦੇ ਫੈਨ ਅੱਜ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਿੱਧੂ ਹੁਣ ਨਹੀਂ ਰਹੇ। ਸਿੱਧੂ ਮੂਸੇਵਾਲਾ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਮੌਤ ਦਾ ਸਦਮਾ ਨੌਜਵਾਨਾਂ ਨੂੰ ਕੁਝ ਇਸ ਤਰ੍ਹਾਂ ਲੱਗਾ ਕਿ ਇੱਕ 17 ਸਾਲਾ ਨੌਜਵਾਨ ਨੇ ਜ਼ਹਿਰੀਲੀ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ 21 ਸਾਲਾ ਨੌਜਵਾਨ ਨੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਭੋਗ ਤੋਂ ਅਗਲੇ ਦਿਨ ਖੁਦਕੁਸ਼ੀ ਕਰ ਲਈ। ਮੂਸੇਵਾਲਾ ਦੇ ਨਾਮ ਦੇ ਨਾਲ ਕਈ ਕੰਟਰੋਵਰਸੀਸ ਵੀ ਜੁੜੀਆਂ ਪਰ ਸਿੱਧੂ ਮੂਸੇਵਾਲਾ ਨੇ ਜੋ ਨਾਮ ਦੁਨੀਆ ਤੇ ਬਣਾਇਆ ਉਸ ਦੇ ਪਿੱਛੇ ਇੱਕ ਬਹੁਤ ਲੰਬਾ ਸੰਘਰਸ਼ ਲੁਕਿਆ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਪੂਰਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ। ਉਹਨਾਂ ਦੇ ਮਾਤਾ ਦਾ ਨਾਮ ਚਰਨ ਕੌਰ ਸਿੱਧੂ ਤੇ ਪਿਤਾ ਦਾ ਨਾਮ ਬਲਕਾਰ ਸਿੰਘ ਸਿੱਧੂ ਹੈ। ਸਿੱਧੂ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸਾ ਦੇ ਵਿੱਚ ਹੋਇਆ। ਸਿੱਧੂ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਸੀ ਜਿਸ ਦੇ ਚੱਲਦਿਆਂ ਮੂਸੇਵਾਲਾ ਨੇ ਸੰਗੀਤਕ ਸਿੱਖਿਆ ਲੁਧਿਆਣਾ ਦੇ ਹਰਵਿੰਦਰ ਵਿੱਡੂ ਤੋਂ ਲਈ। ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਸਾਲ 2016 ਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਵੀ ਹਾਸਲ ਕੀਤੀ। ਮੂਸੇਵਾਲਾ ਦੇ ਬਾਰੇ ਦਿਲਚਸਪ ਗੱਲ ਇਹ ਹੈ ਕਿ ਜਦੋਂ ਉਹ ਕਾਲਜ ਦੇ ਵਿੱਚ ਆਪਣੀ ਪੜ੍ਹਾਈ ਕਰਦੇ ਪਏ ਸਨ ਤਾਂ ਉਹਨਾਂ ਨੇ ਪੰਜਾਬ ਦੇ ਇੱਕ ਮਸ਼ਹੂਰ ਗੀਤਕਾਰ ਨੂੰ ਆਪਣੇ ਲਈ ਗੀਤ ਲਿਖਣ ਨੂੰ ਕਿਹਾ ਸੀ ਪਰ ਗੀਤਕਾਰ ਨੇ ਉਹਨਾਂ ਨੂੰ ਸਾਫ਼ ਸਾਫ਼ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਸਾਲ 2016 ਤੋਂ ਬਾਅਦ ਆਪਣੀ ਉਚੇਰੀ ਸਿੱਖਿਆ ਦੇ ਲਈ ਮੂਸੇਵਾਲਾ ਕੈਨੇਡਾ ਚਲੇ ਗਏ ਜਿੱਥੇ ਉਹਨਾਂ ਨੇ ਲਿਖਣਾ ਵੀ ਸ਼ੁਰੂ ਕੀਤਾ। ਦਰਅਸਲ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਨਹੀਂ ਬਲਕਿ ਇੱਕ ਗੀਤਕਾਰ ਦੇ ਵਜੋਂ ਕੀਤੀ ਸੀ। ਬਿਲਕੁਲ ਸਹੀ ਸੁਣਿਆ ਸੀ। ਸਿੱਧੂ ਮੂਸੇਵਾਲਾ ਨੇ ਆਪਣਾ ਪਹਿਲਾ ਗਾਣਾ ਪੰਜਾਬੀ ਗਾਇਕ ਨਿੰਜਾ ਨੂੰ ਸਾਲ 2016 ਵਿੱਚ ਦਿੱਤਾ ਸੀ ਜਿਸ ਦਾ ਟਾਈਟਲ ਸੀ ਲਾਇਸੈਂਸ ਜੋ ਕਿ ਸੁਪਰਹਿੱਟ ਰਿਹਾ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣੇ ਹੋਰ ਵੀ ਕਈ ਗੀਤ ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਨੂੰ ਦਿੱਤੇ ਅਤੇ ਇਸੇ ਦੇ ਵਿੱਚ ਹੀ ਮੂਸੇਵਾਲਾ ਨੇ ਆਪਣਾ ਪਹਿਲਾ ਗਾਣਾ ਜੀ ਵੈਗਨ ਰਿਲੀਜ਼ ਕੀਤਾ ਜੋ ਕਿ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਲਗਾਤਾਰ ਮੂਸੇਵਾਲਾ ਨੇ ਪੰਜਾਬੀ 뮤직 ਇੰਡਸਟਰੀ ਨੂੰ ਸੁਪਰਹਿੱਟ ਗਾਣੇ ਦਿੱਤੇ ਜਿਨ੍ਹਾਂ ਦੇ ਵਿੱਚ ਸੋ ਹਾਏ, ਟੋਚਨ, ਵਾਰਨਿੰਗ, ਸੈਲਫ ਮੇਡ ਅਤੇ ਫੇਮਸ ਵਰਗੇ ਕਈ ਰਿਲੀਜ਼ ਗਾਣੇ ਵੀ ਸ਼ਾਮਿਲ ਨੇ। ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਹਨਾਂ ਗਾਣਿਆਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਪ੍ਰੋਪਰ ਐਲਬਮ ਸਾਲ 2018 ਦੇ ਵਿੱਚ ਰਿਲੀਜ਼ ਕੀਤੀ ਸੀ ਜਿਸਦਾ ਨਾਮ ਜੇ ਆਪਾਂ ਗੱਲ ਕਰੀਏ ਤਾਂ ਉਸਦਾ ਨਾਮ ਸੀ PBX1 ਜਿਸਦੇ ਵਿੱਚ ਕਿ ਕੁੱਲ 13 ਗਾਣੇ ਸਨ। ਖਾਸ ਗੱਲ ਇਹ ਹੈ ਕਿ ਸਿੱਧੂ ਦੀ ਇਹ ਐਲਬਮ ਕੈਨੇਡੀਅਨ ਚਾਰਟ ਦੇ ਵਿੱਚ ਟੌਪ 13 ਤੇ ਰਹੀ ਜਿਸਦੇ ਕਾਰਨ ਉਹਨਾਂ ਨੂੰ ਬੈਸਟ ਐਲਬਮ ਅਵਾਰਡ ਦਾ ਜਿਹੜਾ ਇੱਕ ਸਨਮਾਨ ਵੀ ਮਿਲਿਆ। ਮੂਸੇਵਾਲਾ ਨੇ ਸਾਲ 2021 ਦੇ ਵਿੱਚ ਮੂਸਾ ਜੱਟ ਰਾਹੀਂ ਫਿਲਮ ਜਗਤ ਦੇ ਵਿੱਚ ਪੈਰ ਰੱਖਿਆ ਜੋ ਕਿ ਬਾਕਸ ਆਫਿਸ 'ਤੇ ਵਧੀਆ ਚੱਲੀ। ਇਸੇ ਸਾਲ ਦੂਸਰੀ ਫਿਲਮ ਯੈਸ ਆਈ ਐਮ ਸਟੂਡੈਂਟ ਰਿਲੀਜ਼ ਹੋਈ। ਸਾਲ 2022 ਦੇ ਵਿੱਚ EP ਦੇ ਵਿੱਚ ਡੈਬਿਊਟ ਕੀਤਾ ਜਿਸਦਾ ਨਾਮ ਸੀ ਨੋ ਨੇਮ। ਇਸ ਦੇ ਵਿੱਚ 4 ਗਾਣੇ ਸਨ। ਸਿੱਧੂ ਮੂਸੇਵਾਲਾ ਦੀ EP ਕੈਨੇਡੀਅਨ ਹੌਟ ਬਿਲਬੋਰਡ ਤੇ ਟੌਪ 73 ਦੇ ਵਿੱਚ ਰਹੀ। ਇਸ ਤੋਂ ਇਲਾਵਾ ਵਾਇਰਲੈਸ ਫੈਸਟੀਵਲ ਦੇ ਵਿੱਚ ਲੰਡਨ ਦੇ ਅੰਦਰ ਮਸ਼ਹੂਰ ਰੈਪਰ ਦੇ ਨਾਲ ਵੀ ਪਰਫਾਰਮ ਕਰਦੇ ਰਹੇ ਮੂਸੇਵਾਲਾ। ਮੂਸੇਵਾਲਾ ਦੇ ਜੋ ਗਾਣੇ ਸਨ ਉਹ ਕਾਫੀ ਹਿੱਟ ਰਹਿੰਦੇ ਸਨ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਮੂਸੇਵਾਲਾ ਨੇ ਇੱਕ ਗਾਇਕ, ਗੀਤਕਾਰ ਅਤੇ ਇੱਕ ਐਕਟਰ ਦੇ ਵਜੋਂ ਇੰਨਾ ਨਾਮ ਕਮਾਇਆ ਸੀ ਕਿ ਮੂਸੇਵਾਲਾ ਨੇ ਸਾਲ 2021 ਦੇ ਵਿੱਚ ਇਸ ਤੋਂ ਬਾਅਦ ਕਾਂਗਰਸ ਪਾਰਟੀ ਵੀ ਜੁਆਇਨ ਕੀਤੀ, ਪੋਲਿਟਿਕਸ ਦੇ ਵਿੱਚ ਵੀ ਪੈਰ ਧਰਿਆ, MLA ਦੀ ਇਲੈਕਸ਼ਨ ਲੜੀ ਪਰ ਸਿੱਧੂ ਮੂਸੇਵਾਲਾ ਇਲੈਕਸ਼ਨ ਹਾਰ ਗਏ। ਉਹਨਾਂ ਦੇ ਆਖਰੀ ਰਿਲੀਜ਼ ਕੀਤੇ ਗਏ ਗੀਤ ਦਾ ਨਾਮ ਸੀ ਲਾਸਟ ਰਾਈਡ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਸਿੱਧੂ ਮੂਸੇਵਾਲਾ ਇੰਨੀ ਜਲਦੀ ਇਸ ਦੁਨੀਆਂ ਨੂੰ
अलविदा आखजान। महज 29 साल की उम्र 29 मई 2022 जदों सिद्धू मूसेवाला घरों अपने दोस्तों के नाल बाहर निकले तो उन्होंने गोलियां मार के मानसा के पिंड ज्वारका के कतल कर दिया गया, जिस तो बाद देशों विदेशों के विच सोग की लहर दौड़ जाती है। हुण कहा यह भी जा रहा है कि सिद्धू दे अजे भी कई गाने अनरिलीज्ड पए ने जिन्हां नूं सिद्धू दे परिवार की सहमति दे नाल ही रिलीज किया जाणा। ते अज 11 जून यानी कि उन्हां दे जन्मदिन के मौके दुनिया उन्हां नूं एक बार फिर तो याद कर दी। इस रिपोर्ट दे बस इन्ना ही, तो जुड़े रहो रहमत टीवी दे नाल। देरे जानकारी दे लई सब्सक्राइब कर सकते हो साडा यूट्यूब चैनल, ते नाल ही लाइक करो फेसबुक पेज नूं। कमेंट सैक्शन दे विच कमेंट करके जरूर दसनी है अपनी राय, ते नाल ही ओ मुद्दे जिन्हां ते तुसीं विचार चर्चा करना चाहुंदे हो, क्योंकि तुहाडी राय साडे लई बेहद मायने रखदी। जुड़े रहो रहमत दे नाल, ते हुण मैं दी इजाजत, धन्नवाद।